ਦੋ ਤਿੰਨ ਚਾਰ ਛੇ ਆਹ ਉਰੇ ਪੰਜ ਮਾਰ ਛੇ ਸੱਤ ਟਿੱਕੇ ਦੇ ਮੂਹਰੇ ਨੌਂ ਅੱਠ ਪਾ ਲਏ ਬਾਈ ਮਸ਼ੀਨ ਮਸ਼ੀਨ ਇੰਨੀ ਜ਼ਿਆਦਾ ਥੱਲੇ ਲੱਗ ਗਈ ਜੀ ਅੱਠ ਟਰੈਕਟਰ ਇਕੱਲੇ ਟਰੈਕਟਰ ਵੀ ਨਿਕਲ ਰਿਹਾ ਗਾ ਦੇਖੋ ਹੋਰ ਬਾਈ ਹੋਰ ਨੇ ਵੱਢ ਤਾਂ ਬਹੁਤ ਦਿੱਤੀ ਐਡੇ ਟੋਏ ਕੱਢਦੀ ਲੰਘੀ ਹਨੇਰਾ ਹੋ ਗਿਆ ਤਾਂ ਕਰਕੇ ਵੀਡੀਓ ਥੋੜ੍ਹੀ ਜਿਹੀ ਵਧੀਆ ਬਣ ਨਹੀਂ ਰਹੀ ਮਸ਼ੀਨ ਜਾਣੀ ਇੰਨੀ ਕੁ ਜ਼ਿਆਦਾ ਡੇਢੀ ਹੋਈ ਆ ਪਤਾ ਵੀ ਨਹੀਂ ਲੱਗਦਾ ਕਿੱਥੇ ਖੜੀ ਆ ਅੱਠ ਟਰੈਕਟਰ ਪਾਏ ਉਹਨੇ ਸਾਰੇ ਟੂ ਵੀਲਰ ਇੱਕ ਫੋਰ ਵੀਲਰ ਸੱਤ ਫੋਰ ਟੂ ਵੀਲਰ ਹੁਣ ਦੇਖੋ ਜੀ ਬਣਦਾ ਜੇ ਸੀ ਵੀ ਕੱਢਦੀ ਉਹਦੇ ਨੇ ਇਕੱਲੇ ਇਕੱਲੇ ਉਹਦੀ ਨਿਕਲਦੇ ਥੱਲੇ ਕਿਹੜੇ ਥੱਲੇ ਪਈਆਂ ਕੱਢੀ ਜਾਂਦੇ ਮੈਨੂੰ ਤਾਂ ਸਾਡੀ ਟਾਪ ਨਿਕਲਦੀ ਨਹੀਂ ਨਿਕਲਦੀ ਉਹਦੇ ਕਰਾ ਲਿਆ ਤੇਰੇ ਪਿੰਡ ਵਾਲਿਆਂ ਨੇ ਜਿਹੜਾ ਵਿੱਚ ਵੱਜਿਆ ਸੀ ਨਹੀਂ ਹੈਗਾ ਹਾਂ ਤੂੰ ਬਹੁਤ ਬਹੁਤ ਪਈ ਪਈ ਆ ਮੈਂ
ਹਾਂ ਇਹਦੇ ਕੰਮ ਦੇਖ ਲਓ ਪਰਲੇ ਪਾਸੇ ਵਾਲੇ ਤੁਹਾਨੂੰ ਫੋਟੋਆਂ ਦੇ ਵਿੱਚ ਦੇ ਦੇਣੀ ਖਾਲੀ ਖਾਲੀ ਟਰੈਕਟਰ ਦੇ ਦੇਣ ਜਾਂਦੇ ਨੇ ਅਸੀਂ ਉਹਨੂੰ ਕੀ ਹੋ ਗਿਆ ਉਹ ਆਪਣੀ ਫਸਲ ਆਈ ਖੜ ਗਿਆ ਲੈ ਕੇ ਜਾਣਾ ਪੈਣਾ ਉਹਦੇ ਇਕੱਲੀ ਨੇ ਨਹੀਂ ਆਉਣਾ ਇਕੱਲੀ ਨੇ ਨਹੀਂ ਆਉਣਾ ਟਰੈਕਟਰ ਲੈ ਕੇ ਜਾਓ ਇੱਕ ਜਿਹਨੂੰ ਬੈਡ ਲੱਗੇ ਹੋਏ ਨੇ ਜਾਂ ਹੋਰ ਭਾਈ ਆਪਣੇ ਵਾਲਾ ਜਾਵੇ ਜਿਹੜਾ ਵਾਲੇ ਹਾਂ ਤੋਰ ਆ ਜਾ ਜਿਹੜਾ ਅੱਜ ਲੈ ਇੱਕ ਲੈ ਕੇ ਆ ਲੈਣ ਤੋਂ ਆਈ ਜਾਣੀ ਖਬਰ ਆ ਉਹਦੇ ਟਾਈਮ ਵਾਲਾ ਆਉਂਦੀ ਆ ਉਹ ਦੇਖ ਆਰਾਮ ਨਾਲ ਆਉਂਦੀ ਜੀਸੀਬੀ ਆ ਗਈ ਬਾਈ ਜੀਸੀਬੀ ਦੇਖ ਲੈਣੇ ਆ ਕੀ ਵਰਦੀ ਆ ਜਾਂਦਾ ਉਹ ਤਾਂ ਛਾਲਾ ਮਾਰਦਾ ਸੀ ਹੋਰ ਵੀ ਇੱਕ ਦੋ ਉਹ ਖੜੇ ਨੇ ਤਿੰਨ ਚਾਰ ਪੰਜ ਛੇ ਸੱਤ ਇੱਕ ਅੱਠ ਹੋਰ ਆ ਹਾਂ ਨੌਵੀਂ ਜੇ ਸੀ ਹੋਰ ਵੀ
ਪਹਿਲੇ ਸਾਡੇ ਨਾਲ ਟਰੈਕਟਰ ਪਾਉਂਦੇ ਹਾਂ ਟਰੈਕਟਰ ਪਾ ਕੇ ਆਹੀ ਰਹਿ ਗਿਆ ਸੀ ਨਾਲ ਯਾਰ ਜਿਹੜਾ ਉਹਦੇ ਪੈਪ ਲੈਣ ਸੀਗੀ ਪਾਈ ਹੋਈ ਥੱਲੇ ਜੀ ਉਹ ਨਾਲ ਕਿਤੇ ਗਿੱਲਾ ਗੁੱਲਾ ਦੇਈ ਆ ਉਹ ਜਾਂਦੀ ਉਹ ਇੱਕੋ ਲਾ ਡੇਗੀ ਵਿੱਚ ਉਹ
ਮਾੜਾ ਜਿਹਾ ਹਿੱਲੀ ਹਿੱਲ ਕੇ ਮਿੱਟੀ ਦਾ ਦੇਖ ਲੈ ਕਹਿ ਰਿਹਾ ਮਨ ਜੇ ਸੀ ਵੀ ਆ ਤੁਹਾਡੀ ਮਨ ਆਈ ਆ ਫੜੀ ਖੂੰਜੇ ਜਾ ਗਿਆ ਫਿਰ ਇਹ ਕਿਤੇ ਮੂਹਰੇ ਪਿੱਛੇ ਹੁੰਦੀ ਫੇਰ ਤਾਂ ਚਲੋ ਹੋ ਜਾਂਦਾ ਚਲੋ ਨਾ ਟ੍ਰੈਕਟਰ ਚਲੋ ਇਹਨਾਂ ਨੂੰ ਇਹਨਾਂ ਦਾ ਕਹਿ